मैं हूं तारक चौधरी। DGF लाइफस्टॉक चैनल को सब्सक्राइब कीजिए और बेल आइकन को प्रेस कीजिए हमारी नई वीडियो को सबसे पहले। दोस्तों यह देख रहे हो तुम कि बुद्ध मंडी चेसी आए हैं और अज बुद्ध दिन मौसम काफ़ी ज़्यादा खराब और मंडी के जी माल की पोजिशन बहुत ज़्यादा घट है। हकम भाई ने इस मामले मामले की गलबात भी करते हैं, उन्होंने पूछने का माल बिल्कुल ना होने बराबर आ और ये भी थोड़ा माल लेके आए हैं, पहले इन्हों को भी काफ़ी माल होगा। और बुद्ध मंडी जी है लुडन मंडी जिला विहाड़ी, अगर विहाड़ी वाली साइड तो जाना चाहे तो तकरीबन 33 किलोमीटर के फासले के उपर यह मंडी लगती है और अगर हासलपुरों की जाना चाहे तो 24 किलोमीटर के फासले से हर बुद्ध में मंडी लगती है। तो हकम भाई ने गलबात करते हैं। अस्सलाम वालेकुम हकम भाई, की हाल है? अस्सलाम वालेकुम हकम भाई, अज बड़ा माल थोड़ा लेके आए हो, खैर मौसम बहुत खराब है ताँ माल नहीं बनाया, कोई चाहिए कर लिया है। उच्ची बोलो थोड़ा यार, मौसम बहुत खराब सी ताँ माल नहीं लिया है। अच्छा ताँ माल नहीं लेके आए, हाँ जी। तो अज जरा माल लेके आए जरा यह संदाओ है कि नस्ल हैगी आ जी चलस्तानी आ जी चलस्तानी चल दी आवाज़ आ रही बेच आवाज ਇਹ ਚੁਲਸਤਾਨੀ ਹੈ, ਇਹ ਦੋਵੇਂ ਇਹ ਲਾਲ ਰੰਗ ਦੇ ਵਿੱਚ ਚੁਲਸਤਾਨੀ ਹੈ, ਇਹਦਾ ਕੀ ਰੇਟ ਆ? 75-75 ਹਜ਼ਾਰ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਜੋੜੀ ਦੀ? ਇਹਦੀ ਹੈਗੀ ਕੋਈ 10 ਸਾਲ ਉਮਰ ਇਹਨਾਂ ਦੀ? ਸਾਲ ਤੋਂ ਜ਼ਿਆਦਾ ਉਮਰ ਹੋਏਗੀ। ਅੱਛਾ ਇੱਧਰ ਅੱਗੇ ਆਇਓ ਜ਼ਰਾ, ਬਾਅਦ ਚ ਕਰ ਲਈ। ਅੱਛਾ ਇਹ ਜਿਹੜੀ ਇਹ ਕਿਹੜੀ ਹੈ ਮੱਛੀ? ਇਹ ਵੀ ਚਲਸਤਾਨੀ, ਇਹ ਵੀ ਚਲਸਤਾਨੀ, ਇਹਦਾ ਕੀ ਮੰਗ ਰਹੇ ਹੋ? 65,000 ਥੋੜ੍ਹਾ ਉੱਚੀ ਬੋਲੋ, 65,000 ਮੰਗ ਰਹੇ ਹਾਂ। ਅੱਛਾ ਇਹਦਾ 65,000 ਰੁਪਇਆ ਮੰਗ ਰਹੇ ਹਾਂ, ਅਤੇ ਇਹ ਹੈਗੀ ਆ ਕੋਈ 20 ਮਹੀਨਿਆਂ ਦੀ? ਅੱਛਾ ਅੱਗੇ ਆ ਜਾਓ। ਇਹ ਸਾਰਾ ਚੁਲਸਤਾਨੀ ਆ? ਹਾਂਜੀ। ਇਸ ਆਹ ਗਾਈਆਂ ਵਿੱਚ ਗਾਈਆਂ ਵੀ ਨੇ? ਇਹ ਦੋ ਗਾਈਆਂ ਸਰ। ਅੱਛਾ ਇਹ ਦੋ ਗਾਈਆਂ ਹੈ, ਸੋਰੀ। ਅੱਛਾ ਇਹ ਜਿਹੜੀ ਵਿਹੜੀ ਆ, ਇਹ ਜਿਹੜੀ ਆ ਇਹ ਇਹਦਾ ਕੀ ਮੰਗ ਰਹੇ? ਹਾਂ 85,000। ਇਹਦਾ 85,000 ਰੁਪਇਆ ਮੰਗ ਰਹੇ ਚੁਲਸਤਾਨੀ ਦਾ? ਬੜਾ ਰੇਟ ਮੰਗ ਰਹੇ ਯਾਰ ਇਹਦਾ। ਅੱਛੀ ਵੀ ਚੁਲਸਤਾਨੀ ਬਹੁਤ ਅੱਛੀ ਬੱਚੀ, ਲਾਈਟ ਤੋਂ ਤੁਹਾਨੂੰ ਚੜ੍ਹਨ ਦਾ ਵੱਲ ਨਹੀਂ ਆਉਂਦਾ। ਅੱਛਾ ਅੱਛਾ ਇੱਧਰ ਆ ਜਾਓ। ਅੱਛਾ ਤੇ ਇਹ ਜਿਹੜੀ ਆ, ਇਹ ਜਿਹੜੀ ਆ ਲਾਲ ਗਦਰੀ, ਇਹਦਾ ਕੀ ਮੰਗ ਰਹੇ? 90,000। ਇਹਦਾ 90,000 ਰੁਪਇਆ ਮੰਗ ਰਹੇ? ਇਹਦਾ ਲੱਗੇ ਕਿੰਨੇ ਨੇ? ਬੜੀ ਪਿਆਰੀ ਮਾਸ਼ਾਅੱਲਾ ਬੱਚੀ ਹੈ। ਇਹਦਾ ਕਿੰਨਾ ਮੰਗ ਰਹੇ? 90,000 ਰੁਪਇਆ। 90,000 ਤੇ ਲੱਗਿਆ ਕਿੰਨਾ ਇਹਦਾ? 80 ਲੱਗਦਾ ਪਿਆ। ਇਹ ਜਿਹੜੀ ਆ ਇਹ? ਅੱਛਾ ਇਹ ਕਿਸੇ ਦੀ ਹੈ? ਇਹ ਪਰਲੀਆਂ ਵੀ ਕਿਸੇ ਦੀਆਂ ਨੇ? ਅੱਛਾ ਛੋਟੀਆਂ ਵੀ ਤੁਹਾਡੀਆਂ ਨੇ? ਚਲੋ ਇਹ ਖੂਨ ਜਿਹਾ ਲੱਗਿਆ ਹੋਇਆ ਇਹਦੇ, ਇਹ ਚਿੱਚੜ ਪੱਟਾ ਹੈ। ਅੱਛਾ ਚਿੱਚੜ ਪੱਟਿਆ। ਇਹ ਦੋਸਤੋ ਦੇਖ ਸਕਦੇ ਤੁਸੀਂ ਰੈਡ ਕਲਰ ਦੇ ਵਿੱਚ ਨੇ, ਇਹਨਾਂ ਦਾ ਪੁੱਛਦੇ ਆ। ਅੱਛਾ ਇੱਧਰ ਆਓ ਜ਼ਰਾ, ਇਹ ਕਿਹੜੀ ਨਸਲ ਹੈ? ਇਹ ਵੀ ਚੁਲਸਤਾਨੀ। ਇਹ ਵੀ ਚੁਲਸਤਾਨੀ ਹੈ? ਸਾਹੀਵਾਲ 'ਚ ਕੋਈ ਨਹੀਂ ਹੈਗੀ? ਸਾਹੀਵਾਲ ਖੜੀ। ਅੱਛਾ ਇਹਦੇ ਵਿੱਚ ਤਾਂ ਉਹਦੇ 'ਚ ਕੀ ਫਰਕ ਆ? ਕਿਹੜੀ 'ਚ?
ਰੰਗ ਵੀ ਉਹੀ ਆ ਰੁਕਰਵਾਂ ਜੀ ਕਲਰ ਆਪਾਂ ਨਸਲਾਂ ਆਉਂਦੀਆਂ ਅੱਛਾ ਇਹ ਨਸਲ ਨਹੀਂ ਹੈਗੀ ਖੂਨ ਉਸ ਸਵੱਛੀ ਨੂੰ ਲੱਗਿਆ ਹੋਇਆ ਲਵਣ ਲੱਗਿਆ ਹੋਵੇ ਪੈਰ ਚ ਲਾ ਕੇ ਡਾਲੇ ਡੂਲੇ ਵੀ ਉਤਰ ਆਈਏ ਅੱਛਾ ਅੱਛਾ ਸਹੀਵਾਲ ਦੀ ਦਿਖਾਓ ਜਰਾ ਸਹੀਵਾਲ ਅੱਛਾ ਇਹ ਸਹੀਵਾਲ ਹੈ ਇਹਦੀ ਉਮਰ ਕਿੰਨੀ ਕੁ ਇਹ ਹੁਣ 10 ਕੁ ਮਹੀਨੇ ਦੀ ਤੇ ਇਹਦਾ ਕੀ ਮੰਗ ਰਿਹਾ ਹਾਂਜੀ ਇਹਦਾ ਕੀ ਮੰਗ ਰਿਹਾ 65,000 ਮੰਗ ਰਿਹਾ ਇਹਦਾ 65,000 ਲੱਗਿਆ ਵੀ ਹੈ ਕਿ ਨਹੀਂ ਲੱਗਾ 50,000 50,000 ਲੱਗਿਆ ਆ ਭਾਈ ਨੇ ਮੁੱਲ ਸਮੀ ਰੱਖਿਆ ਅੱਛਾ ਸਹੀ ਹੈ ਇਹ ਇਹ ਜਿਹੜੀ ਜੋੜੀ ਹੈ ਇਹ ਵੀ ਚੋਲਸਤਾਨੀਆਂ ਦੀ ਹਾਂਜੀ ਇਹ ਚੋਲਸਤਾਨੀ ਆ ਗਈ ਲਾਲ ਅੱਛਾ ਇਹ ਜੋੜੀ ਦਾ ਕੀ ਮੰਗ ਰਹੇ ਹੋ ਲਾਲ ਦਾ ਜੋੜੀ ਦਾ ਬੜਾ ਯਾਰ ਰੇਟ ਹੀ ਬੜਾ ਮੰਗ ਰਹੇ ਗਾਹਕ ਚੋਲਸਤਾਨ ਦੀ ਹੈ ਵਜ਼ਨ ਤੇ ਬੋਟੀਆਂ ਨਾਲ ਹੀ ਚੱਲਣਾ ਬੋਟੀਆਂ ਨਹੀਂ ਚੱਲ ਰਹੀਆਂ ਹਾਂ ਚਿੱਟੀਆਂ ਗਦਰੀਆਂ ਇਹ ਵੀ ਚੋਲਸਤਾਨੀ ਨੇ ਇਹਨਾਂ ਦਾ ਕੀ ਮੰਗ ਰਹੇ ਆ 1,15,000 ਅੱਗ ਲਾਈ ਖੜਾ ਤੂੰ ਤੇ ਬਾਰਿਸ਼ ਦੇ ਵਿੱਚ ਹੀ ਦੋਸਤੋ ਤੁਸੀਂ ਦੇਖ ਰਹੇ ਹੋ 1,00,000 ਤੇ 15,000 ਰੁਪਏ ਦੱਸ ਰਹੇ ਨੇ ਹਾਕਮ ਭਾਈ ਚਲੋ ਠੀਕ ਹੋ ਗਿਆ ਹਾਕਮ ਭਾਈ ਇਨਸ਼ਾਅੱਲਾ ਫਿਰ ਮਿਲਾਂਗੇ ਤੁਹਾਨੂੰ ਅਗਲੇ ਬੋਤੇ